ਵੀਰ ਜੀ ਅਸੀਂ ਤਾਂ ਥੱਲੇ ਸੁੱਤੇ ਸੀ ਤੇ ਤੜਕੇ ਨਿਆਣੇ ਗੁਰਦੁਆਰੇ ਚੱਲੇ ਸੀ 5 ਕੁ ਵਜੇ ਦੀ ਗੱਲ ਆ। ਇੱਕਦਮ ਛੱਤਾਂ ਜਦੋਂ ਉਦੋਂ ਹੀ ਪਤਾ ਲੱਗਾ ਜਦੋਂ ਛੱਤਾਂ ਹੀ ਥੱਲੇ ਆ ਗਿਆ। ਪਰਿਵਾਰ ਦਾ ਨੁਕਸਾਨ ਸਤਿਗੁਰੂ ਰੱਖਣ ਵਾਲਾ ਵੀਰ ਜੀ, ਪਤਾ ਨਹੀਂ ਉਹਦੇ ਘਰ ਚੱਲੇ ਹਾਂ ਤੇ ਉਹਨੇ ਹੱਥ ਦੇ ਕੇ ਰੱਖ ਲਿਆ ਵਾ। ਪਰ ਇਹ ਵੀ ਸਮਾਨ ਸਾਰਾ ਤੁਸੀਂ ਵੇਖ ਸਕਦੇ ਜੇ ਸਾਰਾ ਅੰਦਰ ਕਿੰਨਾ ਟੁੱਟਾ ਵਾ, ਸਾਰੇ ਬੈੱਡ ਬੁੱਡ ਸਾਰਾ ਕੁਛ ਟੁੱਟ ਗਿਆ, ਫਰਿੱਜੂ ਵੀ, ਮੋਟਰਸਾਈਕਲ ਸਾਰਾ ਕੁਛ ਨੁਕਸਾਨ ਹੋ ਗਿਆ। ਇਹੀ ਵੀ ਸਾਡੀ ਜਿੰਨੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਛੋਟੇ ਛੋਟੇ ਬੱਚੇ ਆ, ਕੰਮ ਕਈ ਵੇਲੇ ਚੱਲਦਾ ਕਈ ਵੇਲੇ ਨਹੀਂ ਵੀ ਚੱਲਦਾ। ਕਿੰਨੇ ਬੱਚੇ ਆ? 2 ਬੱਚੇ। ਇਹ ਵੀਰ ਜੀ ਹਨੇਰੀ ਦੇ ਨਾਲ ਹੋ ਗਿਆ ਸਾਰਾ, ਜਦੋਂ ਕਿਤੇ ਤੜਕੇ ਹਨੇਰੀ ਆਈ ਨਾ ਜੀ ਉਦੋਂ ਨੁਕਸਾਨ ਹੋ ਗਿਆ। ਕਿਸ ਤਰ੍ਹਾਂ ਹੋਇਆ ਸਾਰਾ, ਇਹ ਕੀ ਘਟਨਾ ਵਾਪਰੀ ਹੈ? ਵੀਰ ਜੀ ਅਸੀਂ ਤਾਂ ਥੱਲੇ ਸੁੱਤੇ ਸੀ ਤੇ ਤੜਕੇ ਨਿਆਣੇ ਗੁਰਦੁਆਰੇ ਚੱਲੇ ਸੀ 5 ਕੁ ਵਜੇ ਦੀ ਗੱਲ ਆ। ਇੱਕਦਮ ਛੱਤਾਂ ਜਦੋਂ ਉਦੋਂ ਹੀ ਪਤਾ ਲੱਗਾ ਜਦੋਂ ਛੱਤਾਂ ਹੀ ਥੱਲੇ ਆ ਗਈਆਂ। ਪਰਿਵਾਰ ਦਾ ਨੁਕਸਾਨ ਹੀ ਬਹੁਤ ਜ਼ਿਆਦਾ, ਤੁਸੀਂ ਵੇਖ ਸਕਦੇ ਜੇ ਅੰਦਰ ਕਿੰਨਾ ਨੁਕਸਾਨ ਹੋਇਆ ਸਾਡਾ। ਜਿਸ ਤਰ੍ਹਾਂ ਤੁਹਾਡੇ ਬੈੱਡ ਦੇ ਉੱਪਰ ਸਾਰੀ ਛੱਤ ਡਿੱਗੀ ਆ ਕਰ, ਲੇਕਿਨ ਪਰਿਵਾਰ ਦਾ ਨੁਕਸਾਨ ਵੀ ਹੋਇਆ ਕੋਈ? ਪਰਿਵਾਰ ਦਾ ਨੁਕਸਾਨ ਸਤਿਗੁਰੂ ਰੱਖਣ ਵਾਲਾ ਵੀਰ ਜੀ, ਪਤਾ ਨਹੀਂ ਉਹਦੇ ਘਰ ਚੱਲੇ ਹਾਂ ਤੇ ਉਹਨੇ ਹੱਥ ਦੇ ਕੇ ਰੱਖ ਲਿਆ ਵਾ। ਪਰ ਇਹ ਵੀ ਸਮਾਨ ਸਾਰਾ ਤੁਸੀਂ ਵੇਖ ਸਕਦੇ ਜੇ ਸਾਰਾ ਅੰਦਰ ਕਿੰਨਾ ਟੁੱਟਾ ਵਾ, ਸਾਰੇ ਬੈੱਡ ਬੁੱਡ ਸਾਰਾ ਕੁਛ ਟੁੱਟ ਗਿਆ, ਫਰਿੱਜੂ ਵੀ, ਮੋਟਰਸਾਈਕਲ ਸਾਰਾ ਕੁਛ ਨੁਕਸਾਨ ਹੋ ਗਿਆ। ਕੀ ਸਮਾਜ ਸੇਵੀ ਕੋ ਕੀ ਮਦਦ ਦੀ ਗੁਹਰ ਗੱਲ ਆ ਰਹੀ? ਇਹੀ ਵੀ ਸਾਡੀ ਜਿੰਨੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਛੋਟੇ ਛੋਟੇ ਬੱਚੇ ਆ, ਕੰਮ ਕਈ ਵੇਲੇ ਚੱਲਦਾ ਕਈ ਵੇਲੇ ਨਹੀਂ ਵੀ ਚੱਲਦਾ। ਕਿੰਨੇ ਬੱਚੇ ਆ? 2 ਬੱਚੇ। ਕਿੰਨੇ ਚਿਰ ਦੇ? 1 11 ਸਾਲ ਦਾ, 1 9 ਸਾਲ ਦਾ। ਹਾਂਜੀ ਵੀਰੇ, ਕੀ ਨਾਮ ਆ? ਮੰਗਲ ਸਿੰਘ ਜੀ। ਕਿਹੜਾ ਪਿੰਡ ਆ ਜੀ? ਹਾਂਜੀ ਖਡੂਰ ਸਾਹਿਬ। ਕੀ ਘਟਨਾ ਆਈ ਵੀਰੇ ਸਾਰੀ, ਜਿਹੜੀ ਤੁਹਾਡੇ ਘਰ ਦੀਆਂ ਛੱਤਾਂ ਡਿੱਗ ਗਈਆਂ? ਹਾਂਜੀ, ਆਪਣੇ ਕੋਠੇ ਨਾਲ ਕੰਧ ਸੀ ਉੱਚੀ ਜੀ, ਉਹ ਮਤਲਬ ਜਦੋਂ ਹਨੇਰੀ ਆਈ ਆ, ਹਨੇਰੀ ਝੱਖੜ ਆਇਆ ਇੱਕਦਮ ਹੀ, ਅਤੇ ਉਹ ਸਰ ਅਸੀਂ ਸੁੱਤੇ ਹਾਂ ਅਤੇ ਇੱਕਦਮ ਹੀ ਉਹ ਡਿੱਗ ਪਈਆਂ, ਅਤੇ ਉਹ ਬੱਚਿਆਂ ਦਾ ਬਚਾਅ ਹੋ ਗਿਆ ਵੈਸੇ ਉਸ ਤਰ੍ਹਾਂ, ਅਤੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀਗੀ। ਹਾਂਜੀ ਹਾਂਜੀ, ਉਹ ਕੋਠੇ 'ਤੇ ਉੱਚੀ ਕੰਧ ਸੀ ਨਾਲ ਆਪਣੇ, ਅਤੇ ਉਹ ਸਾਰੀ ਆਣ ਕੇ ਕਮਰੇ ਦੇ ਉੱਤੇ ਡਿੱਗ ਪਈ। ਕਿੰਨੇ ਕੁ ਵਜੇ ਦੀ ਘਟਨਾ ਹੈ ਸਰ? ਸਰ 5 ਵਜੇ ਹਨੇਰੀ ਆਈ ਹੈ ਇੱਕਦਮ, 5 ਸਵਾ 5 ਵਜੇ ਦੇ ਕਰੀਬ ਹੋਈ ਸੀ। ਜਿਹੜੇ ਸਮਾਜ ਸੇਵੀ ਕੋ ਕੀ ਮੰਗ ਕਰਦੇ? ਹਾਂਜੀ, ਇਹ ਵੀ ਕਰਦੇ ਹਾਂ ਵੀ ਗਰੀਬਾਂ ਦੀ ਮਦਦ ਕੀਤੀ ਜਾਵੇ, ਸਾਡਾ ਕੰਮ ਕਾਰ ਵੀ ਨਹੀਂ ਇਹੋ ਜਿਹਾ, ਕਦੀ ਚੱਲਦਾ ਕਦੀ ਨਹੀਂ ਚੱਲਦਾ ਜੀ। ਹਾਂਜੀ, ਬਾਅਦ 'ਚ ਕਿੰਨੇ ਜੀ ਵੀਰੇ? ਹਾਂਜੀ, ਇੱਕ ਘਰ ਦੇ ਆ, 2 ਬੱਚੇ ਆ ਅਤੇ 1 ਬਾਪੂ ਜੀ। ਹਾਂਜੀ, ਕਿਸ ਤਰ੍ਹਾਂ ਸਰਕਲ ਚੱਲ ਰਿਹਾ ਘਰ? ਸਰ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਮਹਿੰਗਾਈ ਦੇ ਵਿੱਚ ਸਰਕਲ ਔਖਾ ਹੀ ਚੱਲਣ ਵਾਲਾ, ਕਦੀ ਕੰਮ ਮਿਲਦਾ ਕਦੀ ਨਹੀਂ ਮਿਲਦਾ। ਜਿਹੜੀਆਂ ਲਗਾਤਾਰ ਜਿਹੜੀਆਂ ਗਰੀਬ ਪਰਿਵਾਰਾਂ ਦੀਆਂ ਮਦਦ ਕਰਦੀਆਂ ਜਥੇਬੰਦੀਆਂ, ਕੀ ਮੰਗ ਕਰਦੇ ਨਾਲ? ਉਹਨਾਂ ਕਰੀ ਹੱਥ ਜੋੜ ਕੇ ਬੇਨਤੀ ਕਿ ਮਤਲਬ ਗਰੀਬ ਦੀ ਮਦਦ ਕੀਤੀ ਜਾਵੇ।